Good.
Oh,
chão. मेला मलता ए संसार मेला मलता ए संसार अंतर में अंतर में जे तीर्थ नावे सब्जेक्ट आरंभ हुए ऐसे कि मनुख का जीवन दो हिस्सों में है वो दो हिस्से ने अंदर ते बाहर बार मनुख नूं दिसदा अंदर ये चाहत नहीं पाउंदा बल्कि घर अंदरले हिस्से नूं आखदे कल दी सभा नाल जोड़ना चाहिए बाबा कबीर जी दा अज दा शब्द है घर अंदर दे हिस्से नूं आखदे ने जरा ब्रिज टप्पिया घरों बाहर आ गया जो कुछ इस नूं प्राप्ति हुई वो घर लैके आ गया गुरु ने बाणी दे दो लफ्जा विच फैसला दे दिता कहन लगे सब कुछ घर में बाहर नहीं करे अंदर सब बात है दुखांत ऐसी कल जी गल चली सी कि मनुख नू अंदर चाहत पाउन दी आदत नहीं कल दिवाली का मसला सी दिवाली नाम ही दीवियां वाली तो बने हैं रोशनी वाली तो बने हैं अजीब गल नफसन के मनुख बार दीवे जला रहे हैं बार दी रोशनी नु देख के खुश हो रहे हैं आज दिवाली हर पास जगमगाहट है पर ए अपने अंदर नहीं चाहत पा रहे हैं अंदर तो आने रहे दिवाली कोई एक बार थोड़ो आई है हर साल ही आउंदी एक रात दिवाली दी बड़ी आसानी नाल दीवियां जगदियां नूं देख के लगा दे दी पर 365 दिनां विच दिवाली दी एक रात दी की महत्ता है जदों सारा जीवन अंधेरे विच गुजर जांदा है पर अंदर अंधेरा अज्ञानता दा मनुख अंदर चाहत नहीं पा रहे कल दे लफ़्ज़ सर बिन शब्दे अंतर अंधेरा न वस्त रहे न चूके फेरा मनुख गरीब दा गरीब है मुफलिस है इंदे कोल कोई गुणा दे हीरे लाल जोहरात नहीं अंदर अंधेरा है इस नूं प्राप्ति कोई नहीं शब्द चानन है शब्द दीपक वरते ते लोए तिन्ना लोकां विच शब्द दा दीपक है पर ओ अंदर नहीं जा रहा शब्द का दीपक भी असी दीवियां वांगू बाहर ही रखिया हुआ है
ਪੜ੍ਹ ਲੈਂਦੇ ਹਾਂ, ਗੁਰਦੁਆਰਿਆਂ ਵਿੱਚ ਪ੍ਰਕਾਸ਼ ਕਰ ਲੈਂਦੇ ਹਾਂ, ਪਰ ਦਰਵਾਜ਼ਿਆਂ ਬਾਹਰ ਹੀ ਰੱਖਣੇ ਆ, ਅੰਦਰ ਉਹ ਚਾਨਣ ਜਾਂਦੇ ਨੇ। ਨਤੀਜਾ ਇਹ ਮਨੁੱਖ ਦੇ ਅੰਦਰ ਅਨੇਕਾ ਰਹਿ ਜਾਂਦਾ ਹੈ। ਕੱਲ੍ਹ ਦਾ ਸਬਜੈਕਟ ਸੀ ਬਾਹਰ ਕਿਉਂਕਿ ਦਿਸਦਾ, ਇਸ ਲਈ ਬਾਹਰ ਦਾ ਅੰਧੇਰਾ ਮਨੁੱਖ ਦੂਰ ਕਰਨਾ ਚਾਹੁੰਦਾ। ਹਜ਼ਰਾ ਬੈਠਿਆ ਬੈਠਿਆ ਲਾਈਟ ਚਲੀ ਜਾਏ, ਕਿੱਡੀ ਪਰੇਸ਼ਾਨੀ ਹੋ ਜਾਂਦੀ ਹੈ। ਉਸੇ ਵਕਤ ਦੌੜ ਭੱਜ ਸ਼ੁਰੂ ਹੋ ਜਾਂਦੀ ਹੈ, ਕੋਈ ਟਾਰਚ ਲੈ ਆਓ, ਕੋਈ ਲੈਂਪ ਜਗਾ ਲਓ, ਕੋਈ ਮੋਮਬੱਤੀ ਜਗਾ ਲਓ, ਪਰ ਅੰਦਰ ਦਿਨ ਰਾਤ ਅੰਧੇਰਾ ਹੈ। ਉੱਥੇ ਕੋਈ ਚਾਨਣ ਨਹੀਂ, ਰੋਸ਼ਨੀ ਕੋਈ ਨਹੀਂ, ਮਨੁੱਖ ਨੂੰ ਤੋਖਲਾ ਫਿਕਰ ਹੀ ਕੋਈ ਨਹੀਂ, ਚਿੰਤਾ ਹੀ ਕੋਈ ਨਹੀਂ। ਅੰਦਰ ਦੀਵਾਲੀ ਨਹੀਂ ਬਣੀ, ਬਾਹਰ ਦਿਸਦਾ। ਮਨੁੱਖ ਦਿਸਣ ਵਾਲੀ ਚੀਜ਼ ਨਾਲ ਜੁੜ ਕੇ ਨਹੀਂ। ਮੈਂ ਕੱਲ ਦੱਸਣ ਲੱਗ ਗਿਆ ਸੀ, ਹੁਣ ਅੱਜ ਬਾਬਾ ਕਬੀਰ ਜੀ ਦਾ ਸ਼ਬਦ ਹੈ, ਮਸਲਾ ਉੱਥੇ ਵੀ ਹੋਊ। ਉਹ ਕਹਿੰਦੇ ਨੇ ਸੰਸਾਰ ਦੇ ਅੰਦਰ ਵਿਚਰਦੇ ਆ, ਮੈਲ ਉੱਡਦੀ, ਮੈਲ ਉੱਡਦੀ, ਪਰ ਜਿਹੜੀ ਸੰਸਾਰ ਵਿੱਚ ਵਿਚਰਦੇ ਆ, ਮੈਲ ਉੱਡਦੀ, ਇਹਨਾਂ ਤੇ ਦਿਸਦੀ ਹੈ, ਸਰੀਰ ਤੇ ਪੈਂਦੀ, ਉਹ ਤੇ ਮਨੁੱਖ ਸ਼ਾਮਾਂ ਨੂੰ ਧੋ ਲੈਂਦਾ, ਸਵੇਰੇ ਇਸ਼ਨਾਨ ਕਰਕੇ ਘਰੋਂ ਨਿਕਲਦਾ, ਸ਼ਾਮਾਂ ਨੂੰ ਜਦੋਂ ਵਾਪਸ ਆਉਂਦਾ ਫਿਰ ਇਸ਼ਨਾਨ ਕਰ ਲੈਂਦਾ, ਪਰ ਬਾਹਰ ਦੀ ਮੈਲ ਧੋਂਦਾ, ਬਾਹਰ ਦੀ ਮੈਲ ਧੋਂਦਾ। ਇਹਨੂੰ ਇਹ ਪਤਾ ਨਹੀਂ ਗੁਨਾਹਾਂ ਦੀ ਮੈਲ, ਅਵਗਣਾਂ ਦੀ ਮੈਲ, ਵਿਕਾਰਾਂ ਦੀ ਮੈਲ ਅੰਦਰ ਵੀ ਲੱਗ ਰਹੀ, ਉਹ ਵੀ ਇਸ ਸੰਸਾਰ ਵਿੱਚੋਂ ਹੀ ਲੱਗ ਰਹੀ। ਇੱਥੇ ਵੀ ਬਾਹਰ ਤੇ ਅੰਦਰ ਦਾ ਮਸਲਾ, ਕਿਉਂਕਿ ਸਰੀਰ ਤੇ ਲੱਗੀ ਹੋਈ ਮੈਲ ਧੋਂਦਾ ਦਿਸਦਾ, ਮਨ ਇਹਨੂੰ ਦਿਸਦਾ ਨਹੀਂ, ਉਹ ਅੰਦਰ ਹੈ। ਕਿਉਂਕਿ ਧੋਂਦਾ ਕਦੇ ਵੀ ਨਹੀਂ, ਤਨ ਨੂੰ ਤਾਂ ਦਿਹਾੜੀ 'ਚ ਦੋ ਵਾਰ ਧੋ ਲੈਂਦਾ, ਉਹਨੂੰ ਬਿਲਕੁਲ ਨਹੀਂ ਧੋਂਦਾ। ਨਤੀਜਾ ਨਿਕਲਦਾ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆ, ਇੰਨੀ ਮੈਲ ਲੱਗ ਗਈ, ਕਦੀ ਧੋਤਾ ਹੀ ਨਹੀਂ, ਕਿਉਂਕਿ ਦਿਸਦਾ ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਵੇ। ਕਹਿਣ ਲੱਗੇ ਇੱਥੋਂ ਤੱਕ ਬਾਣੀ ਵਿੱਚ, ਅੰਤਰ ਮੈਲ ਜੇ ਤੀਰਥ ਨਾਵੇ, ਆਮਦ ਨਹਾਉਣਾ ਵੀ ਕਿਤੇ ਰਹਿ ਗਿਆ, ਘਰ ਦਾ ਇਸ਼ਨਾਨ ਵੀ ਹੋਰ ਗੱਲ ਹੈ, ਜੇ ਤੂੰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲੈ, ਪਰ ਪੌੜਿਆ ਕਿਤੇ ਭੁਲੇਖੇ ਵਿੱਚ ਨਾ ਰਹੀ, ਉੱਥੇ ਜਾ ਕੇ ਵੀ ਤੂੰ ਕੇਵਲ ਤਨ ਦਾ ਇਸ਼ਨਾਨ ਹੀ ਕਰਨਾ, ਮਨ ਉੱਥੇ ਵੀ ਨਹੀਂ ਧੋਤਾ ਜਾਂਦਾ। ਕਹਿਣ ਲੱਗੇ ਅੰਤਰ ਮੈਲ ਜੇ ਤੀਰਥ ਨਾ ਪਏ, ਇਸ ਬੈਕੁੰਠ ਨਾ ਜਾਣਾ, ਇਸੇ ਲਈ ਪ੍ਰਬੰਧ ਨੇ ਆਪਾਂ ਜਪੁਜੀ ਸਾਹਿਬ ਦਾ ਪਾਠ ਰੋਜ਼ ਕਰਨਾ, ਕਦੀ ਛੇਵੀਂ ਪੌੜੀ ਨੂੰ ਪੜ੍ਹਿਆ ਧਿਆਨ ਨਾਲ, ਤੀਰਥ ਨਹਾਉਣਾ ਜੇ ਇਸ ਭਾਵਾਂ, ਮੇਰਾ ਇਸ਼ਨਾਨ ਪ੍ਰਵਾਨ ਹੋ ਗਿਆ, ਤੀਰਥ ਨਹਾਵਾ ਜੇ ਤਿਸ ਭਾਵਾਂ, ਬਿਨ ਬਹਾਨੇ ਕਿ ਨਹਾਏ ਕਰੇ, ਜਿਹੜਾ ਇਸ਼ਨਾਨ ਵੇਖ ਕੇ ਗੁਰੂ ਆਖ ਰਿਹਾ ਹੈ ਨਹਾਉਣ ਚੱਲੇ ਤੀਰਥੀ ਮਨ ਖੋਟੇ, ਉਹ ਪ੍ਰਬੰਧ ਨੇ। ਤੇ ਜੇ ਮੈਂ ਤੀਰਥਾਂ ਤੇ ਇਸ਼ਨਾਨ ਕਰਨ ਗੱਲ, ਫਿਰ ਬਾਹਰ ਦੀ ਆ ਗਈ, ਤਨ ਦਾ ਇਸ਼ਨਾਨ ਹੋ ਰਿਹਾ, ਮਨ ਦਾ ਹੋ ਨਹੀਂ ਰਿਹਾ, ਬਿਨ ਬਹਾਨੇ ਕਿ ਨਹਾਏ ਕਰੀ, ਜੇ ਤੀ ਸਿਰਠ ਉਪਾਈ ਵੇਖਾ, ਬਿਨ ਕਰਮਾ ਕੇ ਮੇਰੇ ਲਈ, ਅੰਤਰ ਮੈਲ ਜੇ ਤੀਰਥ ਨਾ ਹੋਵੇ
ਇਸ ਬੈਕੁੰਠ ਨਾ ਜਾਣਾ ਲੋਕ ਪਤੀ ਨੇ ਹਾਂ ਲੋਕ ਜ਼ਰੂਰ ਆਖਣਗੇ ਇਹ 68 ਤੀਰਥਾਂ ਦਾ ਇਸ਼ਨਾਨ ਕਰਾਇਆ ਹੈ ਬੜੀ ਲੰਬੀ ਯਾਤਰਾ ਕਰਕੇ ਆਇਆ ਹੈ ਕੋਈ ਤੀਰਥ ਕੋਈ ਗੁਰਦੁਆਰਾ ਇਸਨੇ ਨਹੀਂ ਛੱਡਿਆ ਜਿੱਥੇ ਜਾ ਕੇ ਸਰੋਵਰਾਂ ਵਿੱਚ ਇਸਨੇ ਇਸ਼ਨਾਨ ਨਹੀਂ ਕੀਤਾ ਪਰ ਗੁਰੂ ਨੇ ਇੱਕ ਆਵਾਜ਼ ਦਿੱਤੀ ਕਹਿਣ ਲੱਗੇ ਜਲ ਕੇ ਮੱਜਣ ਜੇ ਗੱਤ ਹੋਵੇ ਨਿਤ ਨਿਤ ਮੇਂਢਕ ਨਾਵੇ ਡੱਡੂ ਤਾਂ ਰਹਿੰਦਾ ਹੀ ਉਹਨਾਂ ਪਾਣੀਆਂ ਵਿੱਚ ਜੈਸੇ ਮੇਂਢਕ ਪੈਸੇ ਹੋਏ ਨਾਲ ਫਿਰ ਜੋ ਬਾਹਰ ਦੇ ਇਸ਼ਨਾਨ ਨਾਲ ਅੰਦਰ ਨਹੀਂ ਧੋਤਾ ਜਾਂਦਾ ਬਾਣੀ ਵਿਚਾਰ ਸੋਚੇ ਆਪਾਂ ਰੋਜ਼ ਪੜ੍ਹਨੇ ਸ੍ਰੀ ਅਸਹੀ ਵਾਰ ਦੇ ਵੀ ਸੋਚੇ ਇਹ ਨਾ ਆਖੀਏ ਬਹਿਣ ਦੇ ਪਿੰਡਾਂ ਹੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋ ਮਨ ਤੇ ਤਨ ਦਾ ਫਰਕ ਕੀ ਹੈ ਕੱਲ ਵੀ ਲਾਈ ਆਈ ਸੀ ਮੈਂ ਇਸ ਲਈ ਨਾਲ ਜੋਕ ਕਿ ਤਨ ਮੈਂ ਮਨੂੰ ਮਨ ਮੈਂ ਸੱਚਾ ਕਹਿ ਲੱਗੇ ਜਿੰਨੀ ਦੇਰ ਤੂੰ ਤਨ ਤੋਂ ਅੱਗੇ ਨਹੀਂ ਲੰਘਦਾ ਅੰਦਰ ਚ ਹੱਥ ਨਹੀਂ ਪਾਉਂਦਾ ਮਨ ਤੱਕ ਨਹੀਂ ਪਹੁੰਚਦਾ ਸਾਜੇ ਤੱਕ ਮੈਂ ਪਹੁੰਚੇਗਾ ਅਜੇ ਤੱਕ ਤੂੰ ਦੱਸਣ ਵਾਲੀਆਂ ਚੀਜ਼ਾਂ ਤੇ ਖੜਾ ਹੈ ਜਿਹੜੀਆਂ ਜਿਹਨੂੰ ਸਰੀਰ ਆਖਦੇ ਨੇ ਤੇ ਕਾਇਆ ਜਿੰਨੀ ਹੈ ਇਹ ਕਾਇਆ ਰੋਗ ਭਰੀ ਜਿੰਨੇ ਵਿਕਾਰਾਂ ਤੇ ਰੋਗ ਨੇ ਉਹ ਕਾਇਆ ਤੋਂ ਸ਼ੁਰੂ ਹੁੰਦੇ ਨੇ ਕਾਇਆ ਤੋਂ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਜਬ ਆਕਾਰ ਇਹ ਕਸ਼ਟ ਦ੍ਰਿਸ਼ਟਿਕਤਾ ਆਪਾਂ ਰੋਜ਼ ਪੜ੍ਹਨੇ ਗੁਰਬਾਣੀ ਨੂੰ ਜਿਉਂ ਜਿਉਂ ਵਿਚਾਰੀਏ ਭੇਤ ਖੁੱਲਦੇ ਜਦੋਂ ਆਕਾਰ ਭਾਵ ਸਰੀਰ ਜਿਹੜਾ ਦਿਸਣ ਵਾਲਾ ਦ੍ਰਿਸ਼ਟੀ ਵਿੱਚ ਆਉਣ ਵਾਲਾ ਇਹ ਨਾ ਹੋਵੇ ਜਬ ਆਕਾਰ ਇਹ ਕਛ ਨਾ ਦ੍ਰਿਸ਼ਟਿਕਤਾ ਪਾਪ ਪੁੰਨ ਤਬ ਕਹਿਤੇ ਹੋਤਾ ਇਹ ਜਿੰਨੇ ਪਾਪ ਪੁੰਨ ਨੇ ਜਿੰਨੇ ਵਿਕਾਰ ਕੁਕਰਮ ਨੇ ਸਾਰੇ ਤਾਂ ਇਹ ਸਰੀਰ ਕਰਕੇ ਨੇ ਸਰੀਰ ਦੀ ਉਪਜ ਹੈ ਪਰ ਕਿਹੜੀ ਅਜੀਬ ਗੱਲ ਸਰੀਰ ਤੋਂ ਪੈਦਾ ਹੁੰਦੇ ਨੇ ਮਨ ਤੇ ਅਸਰ ਕਰ ਰਹੇ ਨੇ ਮੈਲਾ ਮਨ ਨੂੰ ਕਰ ਰਹੇ ਨੇ ਵਿਕਾਰਾਂ ਨਾਲ ਮੈਲਾ ਮਨ ਹੋ ਰਿਹਾ ਕਿਉਂਕਿ ਤਨ ਦੇ ਅੰਦਰ ਮਨ ਹੈ ਦੋਵਾਂ ਜੀਵਾਂ ਦਾ ਆਪਸੀ ਰਿਸ਼ਤਾ ਹੈ ਮਨ ਮੈਲਾ ਹੋ ਰਿਹਾ ਬਾਹਰ ਨੂੰ ਧੋ ਕੇ ਸਮਝਣਾ ਅੰਦਰ ਵੀ ਬੜੀ ਖੂਬਸੂਰਤ ਗੱਲ ਸਤਿਗੁਰੂ ਨੇ ਬਾਣੀ ਵਿੱਚ ਆਖੀ ਕਹਿਣ ਲੱਗੇ ਬਾਹਰ ਦੇ ਪਖਾਲੀਏ ਜੇ ਮਨ ਧੋਵੇ ਕੋ ਦੇਵਤੇ ਤੂੰ ਮੰਦਰਾਂ ਵਿੱਚ ਜਾ ਕੇ ਰੋਜ਼ ਇਸ਼ਨਾਨ ਕਰਾ ਆਉਣਾ ਵੀ ਮੈਂ ਠਾਕਰਾਂ ਨੂੰ ਇਸ਼ਨਾਨ ਕਰਾਇਆ ਠਾਕਰ ਪੂਜੇ ਮੋਲ ਲੈ ਮਨ ਹੱਕ ਤੀਰਥ ਜਾਏ ਦੇਖਾ ਦੇਖੀ ਸਵਾਂਗ ਦਾ ਇੱਕ ਦੂਜੇ ਦੇਖਾ ਦੇ ਫਲਾਣਾ ਤੀਰਥਾਂ 'ਤੇ ਚੱਲਿਆ ਮੈਂ ਵੀ ਕਿਉਂ ਨਾ ਜਾਣਾ ਫਲਾਣਾ ਤੀਰਥ ਯਾਤਰਾ 'ਤੇ ਚੱਲਿਆ ਮੈਂ ਵੀ ਗੁਰੂ ਸਾਹਿਬ ਨੇ ਬਾਣੀ ਵਿੱਚ ਹਰ ਗੱਲ ਦਾ ਫੈਸਲਾ ਦਿੱਤਾ ਕਹਿਣ ਲੱਗੇ ਦੇਖਾ ਦੇਖੀ ਸਵਾਂਗ ਦਾ ਹਰ ਭੂਰੇ ਭਟਕਣ ਖਾਏ ਮਨੁੱਖ ਤਨ ਨੂੰ ਧੋ ਰਿਹਾ ਹੈ ਠਾਕਰਾਂ ਨੂੰ ਜਾ ਕੇ ਇਸ਼ਨਾਨ ਕਰਾ ਰਿਹਾ ਪਰ ਗੁਰੂ ਕਹਿੰਦੇ ਨੇ ਅੰਦਰ ਵੀ ਤਾਂ ਕੋਈ ਠਾਕਰ ਬੈਠਾ ਹੈ ਕਦੇ ਉਹਦਾ ਵੀ ਤੂੰ ਇਸ਼ਨਾਨ ਕਰਾਇਆ ਬਾਹਰ ਦੇ ਪਖਾਲੀ ਹੈ ਬਾਹਰਲੇ ਦੇਵਤਿਆਂ ਦਾ ਇਸ਼ਨਾਨ ਕਰਵਾਉਣਾ ਜੇ ਮਨ ਧੋਵੇ ਕੋਈ ਬੜਾ ਕੀਮਤੀ ਠਾਕਰ ਹੈ ਬੜੀ ਖੂਬਸੂਰਤ ਗੱਲ ਬਾਬਾ ਕਬੀਰ ਜੀ ਦੇ ਸ਼ਬਦ ਵਿੱਚ ਆ ਕਹਿਣ ਲੱਗੇ ਜਦੋਂ ਮੈਂ ਦੇਖਣਾ ਜਿਹੜੀਆਂ ਚੀਜ਼ਾਂ ਤੈਨੂੰ ਦਿਸਦੀਆਂ ਨੇ ਤੂੰ ਨਾ ਦਿਸਣ ਵਾਲੀਆਂ ਨੂੰ ਵੀ ਦਿਸਣ ਵਾਲੀਆਂ ਬਣਾ ਲਿਆ ਕਿਉਂਕਿ ਤੇਰਾ ਸੰਬੰਧ ਹੀ ਬਾਹਰ ਨਾਲ ਦ੍ਰਿਸ਼ਮਾਨ ਨਾਲ ਜਿਹੜੀ ਚੀਜ਼ ਤੈਨੂੰ ਦਿਸਦੀ ਨਹੀਂ ਉੱਧਰ ਤੇਰਾ ਧਿਆਨ ਹੀ ਕੋਈ ਮਨ ਨਹੀਂ ਦਿਸਦਾ ਕੋਈ ਧਿਆਨ ਨਹੀਂ ਮੈਲਾ ਹੁੰਦਾ ਹੋਈ ਜਾਣੇ ਤਨ ਦਿਸਦਾ ਇਸ ਲਈ ਉਹਦੀ ਮਹਿਲ ਧੋ ਰਿਹਾ ਹੁਣ ਇਹੋ ਕਾਰਨ ਆ ਵੀ ਦੇਵੀ ਦੇਵਤੇ ਵੀ ਜਿੰਨੇ ਤੋਂ ਬਣਾਏ ਸਨ ਉਹ ਸਾਰੇ
ਵਿੱਚ ਬਣਾ ਲੈਣ। ਇਸ ਲਈ ਉਹ ਮਹਿਲ ਦੇਹ ਵਿੱਚ ਤਾਂ ਕਰਮਕਾਂਡ ਹੈ, ਮਹਿਲ ਹੈ ਮਹਿਲਾ ਬ੍ਰਹਮਾ। ਹੁਣ ਜੇ ਉਹਦੀ ਕਾਇਆ ਨਾ ਮੰਨਦੋ ਤੂੰ, ਜੇ ਤੂੰ ਉਹਦੀ ਕਾਇਆ ਨਾ ਮੰਨਦੋ, ਉਹਨੂੰ ਇੱਕ ਸ਼ਕਤੀ ਮੰਨ ਲੈਂਦੋ, ਤਾਂ ਫਿਰ ਉਹ ਆਪਣੀ ਧੀ ਤੇ ਆਪਣੀ ਬੱਚੀ ਤੇ ਬੁਰੀ ਨਿਗਾਹ ਨਾਲ ਕਿਉਂ ਦੇਖਦਾ? ਕਿਉਂਕਿ ਸਰੀਰ ਤੇ ਹੈ ਹੀ ਨਹੀਂ, ਸਰੀਰ ਤੇ ਹੈ ਨਹੀਂ। ਮੈਂ ਹੈਰਾਨ ਹੁੰਦਾ ਇਹ ਗੱਲਾਂ ਜਦੋਂ ਸਾਡੇ ਵਿੱਚ ਵੀ ਪਾ ਦਿੱਤੀਆਂ ਗਈਆਂ ਬੜੇ ਸੋਹਣੇ ਢੰਗ ਨਾਲ, ਸਾਨੂੰ ਚਾਰਤ ਫੇਰਿਓ ਇੱਕ ਐਸੇ ਭਰਮਾਂ ਦੀਆਂ ਜ਼ੰਜੀਰਾਂ ਨਾਲ ਜਕੜ ਦਿੱਤਾ ਗਿਆ ਕਿ ਸਿੱਖ ਵੀ ਅੱਜ ਇਸ ਦਰਵਾਜ਼ਿਓਂ ਬਾਹਰ ਨਹੀਂ ਨਿਕਲ ਸਕਦਾ ਪਿਆ। ਸਾਡੇ ਰਾਈਟਰਸ ਦੌਰਾਨ ਅੱਜ ਮੈਂ ਦੇਖ ਰਿਹਾ ਸਾਂ ਗਿਆਨੀ ਨਰਾਇਣ ਸਿੰਘ ਮਾਰਤ, ਭਗਤ ਮਾਲ ਉਹਨਾਂ ਦੀ ਲਿਖੀ ਹੋਈ ਹੈ, ਔਰ ਜਾ ਕੇ ਕਦੀ ਉਸ ਭਗਤ ਮਾਲ ਨੂੰ ਧਿਆਨ ਨਾਲ ਪੜ੍ਹੇ। ਨਿਰਾ ਬ੍ਰਹਮਣਿਜ਼ਮ ਇਹ ਕਰਮ ਕਾਂਡ ਪੜ੍ਹਨ ਭੁਲੇਖੇ ਹੀ ਪਰਚ ਹੈ। ਉਹ ਇੱਕ ਥਾਂ ਤੇ ਲਿਖਦਾ ਕਿ ਕਦੀ ਦੇਵੀ ਦੇਵਤੇ ਸਾਡੇ ਵਾਂਗੂ ਮਨੁੱਖਾਂ ਰੂਪ ਵਿੱਚ ਹੁੰਦੇ ਸਨ, ਉਹਦੇ ਲਫ਼ਜ਼ ਨੂੰ ਪੜ੍ਹ ਸਕਦੇ। ਕਦੀ ਦੇਵੀ ਦੇਵਤੇ ਮਨੁੱਖਾਂ ਵਾਂਗੂ ਮਨੁੱਖਾਂ ਚ ਵਿਚਰਦੇ ਸਨ, ਸਰਾਪ ਵੀ ਦਿੰਦੇ ਸਨ। ਹਰ ਪਰਿਵਾਰ ਹਰ ਪਿੰਡ ਨੇ ਆਪਣਾ ਦੇਵਤਾ ਵੱਖਰਾ ਨਿਸ਼ਚਿਤ ਕੀਤਾ, ਉਹਦੀ ਪੂਜਾ ਉਸ ਪਿੰਡ ਵਿੱਚ ਹੁੰਦੀ ਸੀ, ਘਰ ਵਿੱਚ ਹੁੰਦੀ ਸੀ, ਆਮ ਮਨੁੱਖਾਂ ਵਾਂਗੂ ਸੀ ਰਹਿੰਦੇ ਸਨ, ਮਨੁੱਖਾਂ ਵਿੱਚ ਹੈਂਡਸਮ ਸ਼ਕਤੀ ਵਾਲੇ ਵਾਰ ਸਰਾਪ ਦਿੰਦੇ ਸਨ, ਲੋਕ ਉਹਨਾਂ ਦੀ ਪੂਜਾ ਕਰਦੇ ਸਨ। ਅੱਗੇ ਜਾ ਕੇ ਲਿਖਦਾ ਦੇਖੋ ਕਿਸ ਤਰ੍ਹਾਂ ਸਾਨੂੰ ਪੱਥਰ ਪੂਜ ਵੱਲ ਲੈ ਜਾਂਦਾ। ਸਾਡਾ ਲਿਖਾਰੀ ਨਾਮ ਸਿੰਘ ਹੈ, ਪਰ ਨਾਮੀ ਲਿਖਾਰੀ ਮੰਨਿਆ ਜਾਂਦਾ ਪੁਰਾਤਨ ਲਿਖਾਰੀਆਂ ਵਿੱਚੋਂ। ਉਹ ਕਹਿੰਦਾ ਇੱਕ ਵਾਰ ਇੱਕ ਜ਼ਿਮੀਂਦਾਰ ਨੇ, ਉਹਦੀ ਗੱਲ ਨਹੀਂ ਪੂਰੀ ਹੋਈ ਹੋਣੀ, ਉਹਨੂੰ ਮਿਲਿਆ ਹੋਇਆ ਵਰ ਨਹੀਂ ਪੂਰਾ ਹੋਇਆ ਹੋਣਾ, ਉਹਨੇ ਆਪਣੇ ਦੇਵਤੇ ਨੂੰ ਬਹੁਤ ਮਾਰਿਆ, ਬਹੁਤ ਕੁੱਟਿਆ। ਲਿਖਦਾ ਆਪ ਲਿਖਦਾ ਕਹਿੰਦਾ ਉਸ ਜ਼ਿਮੀਂਦਾਰ ਨੇ ਉਸ ਦੇਵਤੇ ਨੂੰ ਬਹੁਤ ਮਾਰਿਆ, ਤੇ ਮਾਰ ਖਾ ਕੇ ਦੇਵਤੇ ਨੇ ਉਸ ਦਿਨ ਫੈਸਲਾ ਕੀਤਾ ਵੀ ਹੁਣ ਤੋਂ ਦੇਵਤੇ ਸਰੀਰ ਰੂਪ ਵਿੱਚ ਨਹੀਂ ਵਿਚਰਨਗੇ, ਇਹ ਪੱਥਰ ਦੀ ਮੂਰਤੀ ਬਣ ਕੇ ਰਹਿਣਗੇ, ਜਦੋਂ ਕੋਈ ਸ਼ਰਧਾ ਨਾਲ ਪੂਜੇਗਾ ਉਦੋਂ ਪ੍ਰਗਟ ਹੋਣਗੇ, ਉਸ ਤੋਂ ਬਾਅਦ ਪੱਥਰਾਂ ਵਿੱਚੋਂ ਪੈਦਾ ਹੋਣ ਲੱਗ ਪਏ। ਕਿਸ ਢੰਗ ਨਾਲ ਸਾਡੇ ਨਾਲ ਇਹ ਚੀਜ਼ ਜੋੜੀ ਜਾ ਰਹੀ ਹੈ ਕਿ ਪੱਥਰਾਂ ਵਿੱਚੋਂ ਜਿਹੜੇ ਪੈਦਾ ਹੁੰਦੇ ਨੇ ਉਹ ਦੇਵਤੇ ਹੀ ਨੇ। ਭਗਤ ਮਾਲ ਵਿੱਚ ਗਿਆਨੀ ਨਾਰਾਇਣ ਸਿੰਘ ਮਾਤਲ ਲਿਖ ਰਿਹਾ, ਉਸ ਤੋਂ ਬਾਅਦ ਦੇਵਤੇ ਪੱਥਰਾਂ ਵਿੱਚੋਂ ਪ੍ਰਗਟ ਹੋਣ ਲੱਗ ਪਏ। ਪਹਿਲਾਂ ਸਾਡੇ ਬਜ਼ੁਰਗ ਕਿਹੜੀ ਅਜੀਬ ਗੱਲ ਹੈ, ਸ੍ਰੀ ਆਸਾ ਜੀ ਦੀ ਵਾਰ ਦਾ ਹੀ ਇੱਕ ਸਲੋਕ ਪੜ੍ਹੋ। ਤੇਰੇ ਅੰਦਰ ਅਵਗੁਣ ਆ ਜਾਂਦੇ ਨੇ ਉਹ ਹੀ ਮਨੁੱਖ ਰਾਕਸ਼ਸ ਬਣ ਜਾਂਦੇ, ਉਹੀ ਮਨੁੱਖ ਰਾਕਸ਼ਸ ਬਣ ਜਾਂਦੇ। ਤੇ ਜਦੋਂ ਅੰਦਰ ਗੁਰੂ ਕੋਲੋਂ ਬਖਸ਼ਿਸ਼ ਲੈ ਕੇ ਗੁਣ ਟਿਕ ਜਾਂਦੇ ਨੇ ਉਹ ਹੀ ਮਨੁੱਖ ਦੇਵਤਾ ਬਣ ਜਾਂਦਾ। ਇਸ ਲਈ ਉਹ ਭਲੇ
ਮਾਇਆ ਕਿਸੇ ਦੇਵੀ ਦੇਵਤੇ ਨੂੰ ਭਾਲਣ ਦੀ ਕੋਸ਼ਿਸ਼ ਨਾ ਕਰ। ਗੁਰੂ ਦੀ ਰਹਿਮਤ ਕਿਹੜੀ ਹੈ, ਸਾਨੂੰ ਕਿਸ ਪਾਸੇ ਲਾ ਰਿਹਾ, ਪਰ ਸਾਡੇ ਲਿਖਾਰੀ ਸਾਨੂੰ ਕਿਹੜੇ ਪਾਸੇ ਲਾ ਰਹੇ, ਸਾਡੇ ਸਾਹਮਣੇ। ਗੁਰੂ ਕਹਿੰਦਾ ਭਲਿਆ ਕਿਸੇ ਦੇਵਤੀ ਦੇਵੀ ਦੇਵਤੇ ਨੂੰ ਭਾਲਣ ਦੀ ਕੋਸ਼ਿਸ਼ ਨਾ ਕਰ। ਕਿਸੇ ਪੱਥਰ ਦੀ ਮੂਰਤੀ ਵਿੱਚੋਂ ਕਿਸੇ ਦੇਵਤੇ ਨੂੰ ਪ੍ਰਗਟ ਕਰਨ ਦੀ ਲਾਲਸਾ ਨਾ ਰੱਖ, ਬਲਕਿ ਗੁਰੂ ਕੋਲੋਂ ਲੈ ਕੇ ਗੁਣ ਅੰਦਰ ਵਸਾ ਲੈ, ਤੂੰ ਆਪ ਹੀ ਦੇਵਤਾ। ਗੁਰੂ ਕਿਹੜਾ ਮਹਾਨ ਹੈ, ਤੂੰ ਤਾਂ ਤੈਨੂੰ ਦੇਵਤਾ ਬਣਾਉਣਾ ਚਾਹੁੰਦਾ, ਕਿਉਂਕਿ ਦੇਵਤਾ ਜਾਂ ਰਾਕਸ਼ਸ ਅੰਦਰੋਂ ਬਣਦਾ, ਬਾਹਰੋਂ ਨਹੀਂ ਬਣਦਾ। ਅਸੀਂ ਬਾਹਰ ਨਾਲ ਖੇਡਦੇ, ਜਿਹੜੇ ਸਾਨੂੰ ਦਿਸਦੇ ਨੇ ਉਹ ਠਾਕਰ ਦੇ, ਉਹ ਭਾਵੇਂ ਪੱਥਰ ਦੇ ਬੁੱਤ ਹੋਣ। ਗੁਰੂ ਤੇ ਆਖ ਰਿਹਾ ਜੋ ਪੱਥਰ ਕੀ ਪਾਣੀ ਪਾਏ ਤਾਂ ਕਿ ਕਾਲਾ ਜਾਈ ਜਾਏ, ਜੋ ਪੱਥਰ ਕੋ ਕਹਿਤੇ ਦੇਵ ਤਾਂ ਕਿ ਨਿਰਫਲ ਹੋਈ ਸਿੰਘ ਕਿਹੜੀ ਅਜੀਬ ਗੱਲ। ਗੁਰੂ ਕਹਿੰਦਾ ਸਪਸ਼ਟ ਹੈ, ਕਹਿੰਦੇ ਨੇ ਕਿਸੇ ਪੱਥਰਾਂ ਦੀ ਮੂਰਤੀ ਪੱਥਰਾਂ ਦੇ ਬੁੱਤਾਂ ਵਿੱਚੋਂ ਕਿਸੇ ਦੇਵਤੇ ਨੂੰ ਢੂੰਡਣ ਦੀ ਕੋਸ਼ਿਸ਼ ਨਾ ਕਰ, ਤੂੰ ਆਪਣੇ ਅੰਦਰੋਂ ਦੇਵਤਾ ਪੈਦਾ ਕਰ। ਪਰ ਉਸ ਦਿਨ ਹੋਏਗਾ ਜਿਸ ਦਿਨ ਤੂੰ ਆਪਣੇ ਅੰਦਰ ਝਾਤ ਪਾਏਗਾ, ਅਜੇ ਤੱਕ ਤਾਂ ਤੂੰ ਬਾਰ ਬਾਰ ਦੇਖ ਰਿਹਾ। ਇਸ ਲਈ ਬਾਬਾ ਕਬੀਰ ਜੀ ਨੇ ਸਪਸ਼ਟ ਕੀਤਾ, ਕਹਿਣ ਲੱਗੇ ਮੈਂ ਜਿਹਨਾਂ ਦੇਵਤਿਆਂ ਨੂੰ ਸਰੀਰ ਵਿੱਚ ਬਾਹਰੋਂ ਦਿਸਣ ਵਾਲਾ ਸਾਬਤ ਕੀਤਾ ਜਾਂਦਾ ਨਾ, ਮੈਂ ਉਹਨਾਂ ਦੇਵਤਿਆਂ ਨੂੰ ਵੇਖਣਾ, ਸਾਰੇ ਹੀ ਮੈਂ ਲੈਣੇ, ਬ੍ਰਹਮਾ ਵੀ ਮੈਂ ਲੈ, ਇੰਦਰ ਵੀ ਮੈਂ ਲੈ, ਗੌਤਮ ਕਰਕੇ ਗੌਤਮ ਦੀ ਇਸਤਰੀ ਕਰਕੇ, ਸੂਰਜ ਵੀ ਮੈਂ ਲੈ ਕੁੰਤੀ ਕਰਕੇ, ਚੰਦਰਮਾ ਵੀ ਮੈਂ ਲੈ ਉਹ ਇੰਦਰ ਦੀ ਦਾ ਸਾਥ ਦੇ ਕੇ, ਬਲਕਿ ਕਹਿਣ ਲੱਗੇ ਉਹਨਾਂ ਨੂੰ ਤਾਂ ਇੰਨੇ ਇੰਨੇ ਵੱਡੇ ਕਲੰਕ ਨੇ ਜਿਹੜੇ ਬੜੇ ਕੰਮ ਕਰਮ ਕਾਂਡ ਕਰਨ ਤੋਂ ਬਾਅਦ ਵੀ ਉਹ ਕਿਸੇ ਸਿਫਾਰਸ਼ਾਂ ਤੇ ਮਦਦ ਨਾਲ ਵੀ ਕਲੰਕ ਨਹੀਂ ਧੋਤੇ ਗਏ। ਬੜੀ ਖੂਬਸੂਰਤ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਬੜੇ ਦੁਰਭਗ ਕਹਿਣ ਲੱਗੇ ਵਿਸ਼ਵ ਕਾ ਦੀਪਕ ਸਵਾਮੀ, ਵਿਸ਼ਵ ਕਾ ਦੀਪਕ ਭਾਵ ਸੂਰਜ, ਸਾਰੇ ਸੰਸਾਰ ਦਾ ਦੀਵਾ, ਵਿਸ਼ਵ ਤੋਂ ਭਾਵ ਸੰਸਾਰ, ਵਿਸ਼ਵ ਕਾ ਦੀਪਕ ਸਵਾਮੀ ਤਾਂਜੇ ਰਹਿ ਸਵਾਰਥੀ, ਉਹਦਾ ਰਥਵਾਈ ਹੈ, ਉਹਦਾ ਰਥਵਾਈ ਹੈ ਜਿਹੜਾ ਵਿਸ਼ਵ ਦਾ ਸਾਰੇ ਸੰਸਾਰ ਦਾ ਦੀਪਕ ਹੈ, ਰੋਸ਼ਨੀ ਦਾ, ਵਿਸ਼ਵ ਕਾ ਦੀਪਕ ਸਵਾਮੀ ਤਾਂਜੇ ਰਹਿ ਸਵਾਰਥੀ, ਪੰਖੀ ਰਾਏ ਗੜ ਤਾਜੇ ਰੇ ਬਾਂਧਵਾ, ਪੰਖੀਆਂ ਦਾ ਜਿਹੜਾ ਰਾਜਾ ਗਰੜ, ਹਿੰਦੂ ਮੈਥੋਲੋਜੀ ਮੁਤਾਬਕ ਗਰੜ ਨੂੰ ਪੰਖੀਆਂ ਦਾ ਰਾਜਾ ਮੰਨਿਆ ਜਾਂਦਾ, ਕਿਉਂਕਿ ਉਹ ਕਹਿੰਦੇ ਨੇ ਵਿਸ਼ਨੂੰ ਗਰੜ ਦੀ ਸਵਾਰੀ ਕਰਦਾ, ਗਰੜ ਚੜੇ ਗੋਬਿੰਦ ਆਏ ਨਾ, ਪੰਖੀ ਰਾਏ ਗੜ ਤਾਜੇ ਰੇ ਬਾਂਧਵਾ, ਜਿੰਦਾ ਬੜਾ ਨਜ਼ਦੀਕੀ ਸੰਬੰਧ ਰੱਖਣ ਵਾਲਾ ਭਰਾਵਾਂ ਨੂੰ ਗਰੜ ਹੈ, ਜਿਹੜਾ ਵਿਸ਼ਵ ਦੇ ਦੀਪਕ ਸੂਰਜ ਦਾ ਰਥਵਾਈ ਹੈ, ਉਹਦੇ ਕਰਮ ਜਿਹੜੇ ਮਾੜੇ ਨੇ ਉਹਨਾਂ ਕਾਰਨ ਉਹ ਆਪਣੀਆਂ ਦੋਨੋਂ ਲੱਤਾਂ ਗੁਆ ਬੈਠਾ। ਬੜੀਆਂ ਮਣਕੜ ਸਾਫੀਆਂ ਨੇ, ਕਿੰਨੀਆਂ ਸਿਰਫ ਸਵਾਣ ਦੀ ਮੇਰੀ ਮਜਬੂਰੀ ਹੁੰਦੀ ਤਾਂ ਕਿ ਸਿੱਖ ਇਸ ਜ਼ੁਲਮ ਵਿੱਚੋਂ ਬਾਹਰ ਨਿਕਲੇ, ਸਾਨੂੰ ਪਤਾ ਲੱਗੇ ਇਹਨਾਂ ਦੇ ਪਿੱਛੇ ਕੀ ਸੀ, ਬੰਤਾਂ ਨੂੰ ਮਾਲਕ ਨੇ ਹੁਕਮ ਕੀਤਾ ਤੇਰੇ ਘਰ ਦੋ ਅੰਡੇ ਆਏ ਨੇ, ਪੜ੍ਹ ਲਓ ਉਸੇ ਭਗਤ ਮਾਲ ਪੜ੍ਹ ਕੇ, ਮੈਂ ਤਾਂ ਹੈਰਾਨ ਹੁੰਦਾ ਕੀ ਕੁਛ ਸਾਡੇ ਚ ਪੜ੍ਹਿਆ ਗਿਆ ਨਾ ਸੀ, ਇੱਕ ਹਜ਼ਾਰ ਸਾਲ ਤੋਂ ਪਹਿਲਾਂ ਨਾ ਤੋੜੀ ਇਹਨਾਂ ਨੂੰ, ਹੁਣ ਇੱਕ ਅੰਡਾ 500 ਸਾਲ ਬਾਅਦ ਹੀ ਤੋੜ ਲਿਆ, ਉਹਦਾ ਨਤੀਜਾ ਇਹ ਹੋਇਆ ਕਿ ਉਹਦੇ ਵਿੱਚੋਂ ਨਿਕਲਿਆ ਹੋਇਆ ਉਹਦਾ ਬੱਚਾ ਅਰਣ, ਜਿਹਦਾ ਥੱਲੇ ਵਾਲਾ ਹਿੱਸਾ ਨਹੀਂ ਸੀ ਪਿੰਗਲਾ ਸੀ, ਲੋ ਉੱਥੋਂ ਅਰਣ ਪਿੰਗਲਾ ਉੱਤੇ, ਜਿਹਦਾ ਜ਼ਿਕਰ ਸਾਡੇ ਇਹਨਾਂ ਲਫ਼ਜ਼ਾਂ ਵਿੱਚ ਆ ਗਿਆ। ਗੁਰੂ ਐਗਜ਼ਾਂਪਲ ਦੇ ਰਹੇ ਨੇ, ਕੇਵਲ ਐਗਜ਼ਾਂਪਲ ਕਹਿਣ ਲੱਗੇ, ਉਹ ਭਲਿਆ ਐਸੇ ਕਲੰਕਧਾਰੀਆਂ ਨੂੰ ਤੂੰ ਆਪਣਾ ਦੇਵਤਾ ਮੰਨ ਰਿਹਾ, ਵਿਸ਼ਵ ਦਾ ਦੀਪਕ ਸਵਾਮੀ ਤਾਂਚੇ ਦੇ ਸਵਾਰਥੀ, ਪੰਖੀ ਰਾਏ ਗੜ ਤਾਂਚੇ ਦੇ ਬਾਂਧਵਾ, ਕਰਮ ਕਰ ਅਰਣ ਪਿੰਗਲਾਰੀ,
ਸਾਰੇ ਨੇ ਸਾਰੇ ਇਤਿਹਾਸ ਬਹੁਤ ਲੰਬੇ ਇਤਿਹਾਸ ਵਿੱਚ ਸਾਰੇ ਇਤਿਹਾਸ ਜਿਨ੍ਹਾਂ ਨੂੰ ਦੇਵੀ ਦੇਵਤੇ ਮੰਨ ਰਹੇ ਨੇ, ਪਰ ਕਹਿੰਦੇ ਨੇ ਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ, ਬਾਬਾ ਕਬੀਰ ਕਹਿੰਦੇ ਮੈਂ ਦੇਖਦਾ ਕੀ ਹਾਂ, ਸਾਰਿਆਂ ਨੂੰ ਤੂੰ ਸਰੀਰ ਵਿੱਚ ਮੰਨ ਰਿਹਾ, ਸਰੀਰ ਕਰਕੇ ਉਹ ਵਿਕਾਰੀ ਨੇ, ਗੁਨਾਹਗਾਰ ਨੇ, ਅਤੇ ਗੁਨਾਹਾਂ ਨਾਲ ਉਹ ਅੰਦਰੋਂ ਮੈਲੇ ਹੋ ਗਏ ਨੇ। ਅਤੇ ਇੱਕ ਪ੍ਰਭੂ ਜਿਹੜਾ ਉਹ ਨਿਰਮਲ ਹੈ, ਅਤੇ ਹੁਣ ਨਿਰਮਲ ਪ੍ਰਭੂ ਕਿਸੇ ਮੈਲੇ ਨੂੰ ਆਪਣਾ ਜੀਵਨ ਦਾ ਸਾਥੀ ਕਿਵੇਂ ਬਣਾਵੇ? ਇਸੇ ਲਈ ਉਹਨਾਂ ਦੇਵੀ ਦੇਵਤਿਆਂ ਦਾ ਰੱਬ ਨਾਲ ਕੋਈ ਸੰਬੰਧ ਨਹੀਂ। ਲੈ ਇੱਥੋਂ ਰੱਬ ਤੋਂ ਦੂਰ ਹੋ ਗਏ, ਕਿਉਂਕਿ ਉਹ ਸਾਰੇ ਮੈਲੇ ਨੇ ਗੁਨਾਹ ਕਰਕੇ, ਰੱਬ ਨੇ ਬਣਾ ਲਿਆ। ਕਹਿਣ ਲੱਗੇ ਮੈਲਾ ਮਲਕਾ ਇਹ ਜਿਸ ਤਰ੍ਹਾਂ ਸਮਾਜ ਨੂੰ ਗੁੰਮਰਾਹ ਕਰਕੇ, ਕੁਰਾਇਆ ਪਾ ਕੇ, ਦੇਵੀ ਦੇਵਤਿਆਂ ਦੇ ਪੱਥਰਾਂ ਦੀ ਪੂਜਾ ਨਾਲ ਬਾਹਰ ਦੇ ਦਿਸਣ ਵਾਲੀਆਂ ਚੀਜ਼ਾਂ ਨੂੰ ਭਗਵਾਨ ਰੱਬ ਬਣਾ ਕੇ ਰੱਖ ਦਿੱਤਾ ਗਿਆ, ਉਹਦੇ ਵਿੱਚੋਂ ਹੀ ਦੀਵਾਲੀ ਨੇ ਜਨਮ ਲਿਆ। ਅਸੀਂ ਬਾਹਰਲੀਆਂ ਦੀਵਾਲੀਆਂ ਮਨਾ ਰਹੇ ਹਾਂ, ਅੰਦਰ ਅਡੇਰਾ ਹੈ, ਬਾਹਰ ਦੇ ਤਨ ਨੂੰ ਧੋ ਕੇ ਖੁਸ਼ ਹੋ ਰਹੇ ਹਾਂ, ਅੰਦਰ ਮੈਲਾ ਹੈ। ਗੁਰੂ ਬਖਸ਼ਿਸ਼ ਕਰੇ ਸਾਡੇ ਇਹ ਭੁਲੇਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੂਰ ਕਰਦੇ ਨੇ। ਕੱਲ੍ਹ ਵੀ ਕੋਸ਼ਿਸ਼ ਕਰੋ, ਪਰਸੋਂ ਤੱਕ ਮੇਰਾ ਵਿਚਾਰ ਆਪਾਂ ਇਸ ਸਬਜੈਕਟ ਨੂੰ ਅੱਗੇ ਤੋਰ ਕੇ ਆਪਣਾ ਪੱਖ ਸਮਝੀਏ ਔਰ ਗੁਰਬਾਣੀ ਵਿੱਚੋਂ ਸਮਝੀਏ, ਤਾਂ ਕਿ ਸਾਡੇ ਭੁਲੇਖੇ ਦੂਰ ਹੋਣ, ਕਿਤੇ ਐਸਾ ਨਾ ਹੋਵੇ ਗੁਰਬਾਣੀ ਦੀ ਰੋਸ਼ਨੀ